ਡੇਢ ਤੋਂ ਬਿਮਾਰ ਸੀ, 3-4 ਸਾਲ ਹੋ ਗਏ ਸੀ। ਬਹੁਤ ਅਸੀਂ ਦਵਾਈਆਂ ਖਲਾਈਆਂ, ਕਦੀ ਕਿਤੇ ਨੂੰ ਖਲਾ, ਕਦੀ ਦੇਸੀ ਖਲਾ, ਕੋਈ ਫਰਕ ਨਹੀਂ ਸੀ ਪੈਂਦਾ। ਫਿਰ ਅਸੀਂ ਦਾਨ ਸਮੰਦਾ ਤੋਂ ਵੀ ਦਵਾਈ ਖਲਾਈ, ਉਹ ਫੌਜੀ ਰਿਟਾਇਰ ਹੋਏ ਹੋਏ ਸੀ, ਉਹਨਾਂ ਤੋਂ ਮਤਲਬ ਇਹ ਜ਼ਿਆਦਾ ਵਾਧਾ ਹੋ ਗਿਆ। ਤੀਜੇ ਦਿਨ ਇਹਨੂੰ, 6ਵੇਂ ਦਿਨ ਗੋਮੀ ਹੋ ਗਿਆ। ਫਿਰ ਮੁੰਡੇ ਦਾ ਉਹਦਾ ਮੇਰੇ ਭਰਾ ਭਤੀਜੇ ਵੀ ਆਏ, ਉਹਦਾ ਚੱਕ ਕੇ ਲੈ ਗਿਆ, ਲੈ ਆਏ ਇੱਥੇ। ਇੱਥੇ ਹਰਜੀਤ ਡਾਕਟਰ ਸਾਡੇ ਮੁੰਡੇ ਦਾ, ਮੇਰੇ ਦਾ ਮਤਲਬ ਵਾਕ ਪਿਆ ਹਰੀ, ਅਤੇ ਉਹਨੂੰ ਫੋਨ ਕੀਤਾ, ਕਹਿੰਦਾ ਤੁਸੀਂ ਇੱਥੇ ਲੈ ਆਓ। ਉਹਨਾਂ ਚਲੋ ਇਹਨਾਂ ਦੇਖਭਾਲ ਕੀਤੀ, ਐਮਰਜੈਂਸੀ 'ਚ ਰੱਖਿਆ, ਤਾਂ ਹਾਲ ਕੁਛ ਨਹੀਂ ਸੀ, ਕਿਡਨੀ ਹਸਪਤਾਲ ਦੀ ਗੱਲ ਆ। ਅਤੇ ਗੌਰਵ ਨੇ ਇਲਾਜ ਕੀਤਾ ਅਤੇ ਬਹੁਤ ਵਧੀਆ ਕੀਤਾ, ਸਾਡਾ ਵੀ ਬੇੜਾ ਬੰਨੇ ਲਾਇਆ। ਚਲੋ ਇਹਦੀ ਵਧੀ ਹੋਈ ਸੀ, ਉਹਨਾਂ ਨੂੰ ਬਚਾਉਣ ਦੀ ਇਹਦੀ ਕੋਸ਼ਿਸ਼ ਕੀਤੀ। ਹਾਂਜੀ, ਹੈਲਪ ਵੀ ਸਾਡੀ ਬਹੁਤ ਕੀਤੀ ਆ ਡਾਕਟਰ ਨੇ, ਗੌਰਵ ਨੇ, ਕਿ ਜਿੱਥੋਂ ਤਾਈਂ ਵੀ ਹੋ ਸਕਿਆ ਉਹਨੇ ਬਹੁਤ ਸਾਡਾ ਸਾਥ ਦਿੱਤਾ। ਅਤੇ ਰਹਿਣ ਵਾਲੇ ਅਸੀਂ ਬਰਾੜੇ ਦੇ ਹਾਂ ਜੀ, ਜਲੰਧਰ ਦੇ ਨਾਲ। ਅਤੇ ਇੱਥੇ ਸਾਨੂੰ 10 ਵਜੇ ਮੁੰਡੇ ਮੇਰੇ ਨੇ ਫੋਨ ਕੀਤਾ, ਜਾਣਦੇ ਸੀ, ਇਸ ਕਰਕੇ ਫਿਰ ਅਸੀਂ, ਉਹ ਕਹਿੰਦੇ ਦਾ ਉਹਦਾ ਤੁਸੀਂ ਇੱਥੇ ਲਿਆ। ਅਤੇ ਚਲੋ ਸਾਡਾ ਬਚਾਅ ਹੋ ਗਿਆ, ਇਹਦਾ ਵੀ ਹੋ ਗਿਆ, ਅਤੇ ਅਸੀਂ ਧੰਨਵਾਦ ਕਰਦੇ ਡਾਕਟਰ ਜੀ।